ਪੰਜਾਬ ਦੇ ਚੀਫ ਮਿਨਿਸਟਰ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ, ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੀ, ਸਾਰੀਆਂ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਉਹ ਵੀ ਇੱਥੇ ਪਹੁੰਚੀਆਂ। ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਔਰ ਜਿਸ ਵਿਸ਼ਵਾਸ ਨਾਲ ਕੈਪਟਨ ਅਮਰਿੰਦਰ ਸਿੰਘ ਜੀ, ਚੀਫ ਮਿਨਿਸਟਰ ਪੰਜਾਬ ਨੇ ਮੇਰੇ 'ਤੇ ਭਰੋਸਾ ਜਤਾਇਆ, ਮੈਂ ਆਸ ਕਰਦਾ ਕਿ ਮੈਂ ਉਹਨਾਂ ਦੇ ਇਸ ਭਰੋਸੇ 'ਤੇ ਪੂਰਾ ਉਤਰਾਂਗਾ। ਔਰ ਇੱਥੋਂ ਦੀਆਂ ਜਿਹੜੀਆਂ ਆਲਰੇਡੀ ਯੋਜਨਾ ਚੱਲ ਰਹੀਆਂ ਨੇ ਡਿਵੈਲਪਮੈਂਟ ਦੀਆਂ, ਉਹਨਾਂ ਦੀ ਜਿਹੜੀ ਐਕਸਪੀਡੀਸ਼ਨ ਆ ਉਹ ਵੀ ਕਰਾਂਗਾ, ਔਰ ਨਵੀਆਂ ਯੋਜਨਾਵਾਂ ਤਿਆਰ ਕਰਕੇ ਇਸ ਜ਼ਿਲ੍ਹੇ ਨੂੰ ਹੋਰ ਵੀ ਉਚਾਈਆਂ 'ਤੇ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗਾ। ਸਾਰੇ ਗੁਰਦਾਸਪੁਰ ਵਾਲੇ ਕੈਪਟਨ ਸਾਹਿਬ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇੱਕ ਬੜੇ ਅਗਾਂਹ ਵਧੂ ਆਦਮੀ ਨੂੰ ਇੱਥੇ ਸਾਡਾ ਜਿਹੜਾ ਡਿਸਟ੍ਰਿਕਟ ਪਲੈਨਿੰਗ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ। ਔਰ ਸਾਰਿਆਂ ਨੂੰ ਵਾਕਈ ਜਿਹੜਾ ਪਲੈਨਿੰਗ ਬੋਰਡ ਹੁੰਦਾ, ਜਿਹਨੇ ਸਾਰੀ ਪਲੈਨਿੰਗ ਕਰਨੀ ਹੈ, ਔਰ ਜਿਸ ਤਰੀਕੇ ਦੇ ਨਾਲ ਪਲੈਨਿੰਗ ਬੋਰਡ ਨੂੰ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਗਵਰਨਮੈਂਟ ਆਫ ਇੰਡੀਆ ਦੇ ਜਾਂ ਪੰਜਾਬ ਦੀਆਂ ਜਿਹੜੀਆਂ ਸਕੀਮਸ ਨੇ ਉਹ ਸਾਰੀਆਂ ਥਰੂ ਪਲੈਨਿੰਗ ਬੋਰਡ ਜਾਂਦੀਆਂ ਨੇ। ਔਰ ਜਿੱਥੇ ਪਲੈਨਿੰਗ ਬੋਰਡ ਜਦੋਂ ਬਣਦਾ, ਪਹਿਲਾਂ ਮਿਨਿਸਟਰ ਉਹਦੇ ਚੇਅਰਮੈਨ ਹੁੰਦੇ ਸੀ, ਹੁਣ ਇਹ ਚੇਅਰ ਕਰਿਆ ਕਰਨਗੇ। ਔਰ ਜਿਹੜੀਆਂ ਮੇਰੇ ਖਿਆਲ ਹੈ ਕਿ ਜਿੰਨੀ ਨਰੇਗਾ ਜਾਂ ਹੋਰ ਜਿੰਨੇ ਹੈਗੇ ਨੇ BADP ਜਾਂ ਜੋ ਵੀ ਪ੍ਰੋਗਰਾਮ, ਉਹ ਸਾਰਾ ਪਲੈਨਿੰਗ ਬੋਰਡ ਦੇ ਰਾਹੀਂ ਗਵਰਨਮੈਂਟ ਆਫ ਇੰਡੀਆ ਨੂੰ ਉਹ ਜਾਂਦਾ। ਅਤੇ ਮੈਂ ਇਹੋ ਆਸ ਕਰੂੰਗਾ ਕਿ ਸਾਡਾ ਜਿਹੜਾ ਡਿਸਟ੍ਰਿਕਟ ਮਨਿਓਰਿਟੀ ਇੱਥੇ ਵੀ ਹੈਗੇ 3 ਬਲੋਕ, ਔਰ ਨਾਲ ਦੀ ਨਾਲ ਹੀ ਜਿਹੜਾ ਬਾਰਡਰ ਏਰੀਆ ਡਿਵੈਲਪਮੈਂਟ ਪ੍ਰੋਗਰਾਮ ਹੈ ਜਿਹਦੇ 'ਚ ਮੇਨ ਪਲੈਨਿੰਗ ਵਾਲਿਆਂ ਦਾ ਕੰਮ ਹੈ ਉਹ, ਔਰ ਜਿਹੜੇ ਦੂਸਰੇ ਹੋਰ ਜਿਹੜੀਆਂ ਸਕੀਮਾਂ ਗਵਰਨਮੈਂਟ ਆਫ ਇੰਡੀਆ ਨੇ, ਉਹ ਸਾਰੀਆਂ ਥਰੂ ਪਲੈਨਿੰਗ ਬੋਰਡ ਜਾਂਦੀਆਂ ਨੇ। ਅਤੇ ਦੇਖੋ, ਇਹ ਤਾਂ ਮੀਟਿੰਗ ਨਹੀਂ ਮੈਂ ਕਹਿ ਸਕਦਾ, ਇਹ ਸਾਡਾ ਇੰਟਰਨਲ ਮਾਮਲਾ ਵਾ, ਔਰ ਇਹ ਜਲਦੀ ਅਸੀਂ ਇਹਨੂੰ ਸੋਲਵ ਕਰ ਲਾਂਗੇ। ਪ੍ਰਧਾਨ ਜੀ ਦੀ ਨੌਲੇਜ ਹੈ ਸਭ ਕੁਝ, ਔਰ CM ਸਾਹਿਬ ਦੀ ਨੌਲੇਜ ਹੈ, ਇਹਨਾਂ ਨੂੰ ਬੁਲਾ ਕੇ ਉਹ ਇੱਕ ਅੱਧੇ ਦਿਨ ਦਾ ਹੀ ਕੰਮ, ਕੋਈ ਇਹੋ ਜਿਹੀ ਕੋਈ ਬਹੁਤੀ ਨਾਰਾਜ਼ਗੀ ਵੀ ਹੈ ਨਹੀਂ, ਥੋੜ੍ਹੀ ਛੋਟੀ ਮੋਟੀ ਉਹਨੂੰ ਅਸੀਂ ਕਰ ਲਾਂਗੇ। ਸਪਸ਼ਟੀਕਰਨ ਭੇਜਿਓ, ਜਦੋਂ ਉਹਨਾਂ ਨੂੰ ਭੇਜਿਆ, ਜਦੋਂ ਉਹਨਾਂ ਦਾ ਕੋਈ ਗੱਲ ਆਏਗੀ ਜ਼ਰੂਰ ਜਾਵਾਂਗੇ। ਚੱਲ ਰਿਹਾ, ਵੇਖੋ ਜਿੱਥੇ ਮਿਨਿਸਟਰ ਨੇ ਇਹਨਾਂ ਨੂੰ ਸੇਖੜੀ ਸਾਹਿਬ ਨੂੰ, ਵਾਕਿਆ ਇਹ ਉੱਥੋਂ ਦੇ ਇੰਚਾਰਜ ਨੇ, ਜਿੱਥੇ ਮੇਰਾ ਜਿਵੇਂ ਇਹਨਾਂ 'ਤੇ ਜਾਂਦਾ, ਸਾਨੂੰ ਸਾਰਿਆਂ ਨੂੰ ਰਲ ਕੇ ਇੱਕ ਦੂਜੇ ਨਾਲ ਕੰਮ ਕਰਨਾ ਚਾਹੀਦਾ। ਹੁਣ ਡਿੰਪਾ ਜੀ ਦੇ ਮੈਂ ਉੱਥੇ ਜਾ ਕੇ ਆਇਆ ਸੀਗਾ, ਮੇਰਤਾ ਜੀਰਾ, ਅਤੇ ਇਹਨਾਂ ਨੂੰ ਮੈਂ ਨਾਲ ਲੈ ਕੇ ਗਿਆ ਉੱਥੋਂ ਦੇ MLA ਸਾਹਿਬ ਨੂੰ, ਉੱਥੋਂ ਦੇ ਕੰਮ ਵੇਖੇ। ਇਹਦੇ 'ਚ ਸਾਰਾ ਸਾਨੂੰ ਇੱਕ ਸਾਡੀ ਟੀਮ ਵਰਕ ਹੈ, ਸਾਰਿਆਂ ਨੂੰ ਇਕੱਠੇ ਕੰਮ ਕਰਨਾ ਪਏ। ਉਹਦੇ 'ਤੇ ਜਿਹੜੀ ਹੈਗੀ ਆ ਉਹਦੇ ਹਰ ਚੀਜ਼ ਮਨਿਸਟਰ ਕੋਲ ਨਹੀਂ ਹੁੰਦੀ, ਕਿਉਂਕਿ ਮੈਂ ਸੁਪਰਡੈਂਟ ਜੇਲ੍ਹ ਨਹੀਂ ਗਾ, ਮੈਂ ਤਾਂ ਸਿਰਫ ਮੇਰੇ ਥੱਲੇ ਕਈ ਨੇ, ਉੱਥੋਂ ਦੇ ਸੁਪਰਡੈਂਟ ਜੇਲ੍ਹ ਨੇ ਆਪਣੀ ਕੱਲ੍ਹ ਦੀ ਕਲੈਰੀਫਿਕੇਸ਼ਨ ਦੇ ਦਿੱਤੀ ਹੈ। ਨੀਤੀ ਆਯੋਗ ਜਿਹਨੂੰ ਪਹਿਲਾਂ ਆਪਾਂ ਪਲੈਨਿੰਗ ਕਮਿਸ਼ਨ ਆਫ ਇੰਡੀਆ ਕਹਿੰਦੇ ਸੀ, ਬੜੀ ਇੰਪੋਰਟੈਂਟ ਸੰਸਥਾ ਵਾ, ਜਿਹਨਾਂ ਦਾ ਹਮੇਸ਼ਾ ਚੇਅਰਮੈਨ ਪ੍ਰਾਈਮ ਮਿਨਿਸਟਰ ਆਫ ਇੰਡੀਆ ਰਿਹਾ। ਉਸ ਤੋਂ ਬਾਅਦ ਆ ਜਾਂਦਾ ਜਿਹੜਾ ਸਟੇਟ ਲੈਵਲ 'ਤੇ ਪੰਜਾਬ ਪਲੈਨਿੰਗ ਬੋਰਡ, ਉਸ ਦੇ ਚੇਅਰਮੈਨ ਕੈਪਟਨ ਅਮਰਿੰਦਰ ਸਿੰਘ ਜੀ ਨੇ, ਵਾਈਸ ਚੇਅਰਮੈਨ ਮਿਸਿਸ ਰਜਿੰਦਰ ਕੌਰ ਭੱਠਲ ਅਤੇ ਗੁਪਤਾ ਜੀ ਨੇ। ਫਿਰ ਉਹਦੀ ਅੱਗੇ ਐਕਸਟੈਂਸ਼ਨ ਆ ਜਾਂਦੀ ਹੈ ਜ਼ਿਲ੍ਹਾ ਪਲੈਨਿੰਗ ਬੋਰਡ, ਜਿੱਦਾਂ ਅੱਜ ਮਾਨ ਕੈਪਟਨ ਅਮਰਿੰਦਰ ਸਿੰਘ ਜੀ, ਸੁਨੀਲ ਜਾਖੜ ਜੀ ਨੇ, ਰੰਧਾਵਾ ਸਾਹਿਬ, ਸਾਰਿਆਂ ਨੇ ਇਲਾਕੇ ਨੇ, ਡਾਕਟਰ ਨਿੱਜਰ ਹੋਣਾ ਨੂੰ ਦਿੱਤਾ। ਇਹ ਬੜੀ ਇੰਪੋਰਟੈਂਟ ਸੰਸਥਾ ਹੈ, ਜਿਨ੍ਹਾਂ ਨੇ ਹੁਣ ਦਾ ਨਹੀਂ, ਇਹਨਾਂ ਨੇ ਅਗਲੇ 5 ਸਾਲ ਦੀ ਵੀ ਤੁਹਾਨੂੰ ਜਿਹੜੀ ਆਪਣੀ ਪਲੈਨ ਬਣਾਉਣੀ ਆ, ਸਾਡੇ ਜ਼ਿਲ੍ਹੇ 'ਚ ਕੀ ਚਾਹੀਦਾ, ਕਿੱਦਾਂ ਕਿੱਦਾਂ ਚਾਹੀਦਾ, ਉਸ ਦੀ ਟੋਟਲ ਇੱਕ ਉਹਨੂੰ ਕੰਪਾਈਲ ਕਰਕੇ ਇਹਨਾਂ ਨੇ ਅੱਗੇ ਫੋਰਵਰਡ ਕਰਨਾ। ਇਹ ਸਾਰਾ ਫਿਰ ਗਵਰਨਮੈਂਟ ਆਫ ਇੰਡੀਆ ਦੀਆਂ ਪੋਲਸੀਜ਼ ਦੇ ਵਿੱਚ ਪੈਂਦਾ।
ਜਿੱਦਾਂ ਡਾਕਟਰ ਨਜ਼ਰ ਪੜ੍ਹੇ ਲਿਖੇ ਨੇ ਕੰਮ ਕਰਦਾ, ਇਹਨਾਂ ਨੂੰ ਸ਼ੌਕ ਹੈ ਜੇ ਇਹ ਸਹੀ ਮਹੀਨੇ ਦੇ ਵਿੱਚ ਇਹ ਸੌਦੇ ਨੂੰ ਦੇ ਬਹਿ ਕੇ ਕੰਮ ਕਰਨਗੇ, ਇਹ ਗੁਰਦਾਸਪੁਰ ਜ਼ਿਲ੍ਹੇ ਅਤੇ ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਫਰਕ ਪਾ ਸਕਦੇ ਨੇ। ਸੋ ਮੈਂ ਅੱਜ ਇਸ ਮੌਕੇ 'ਤੇ ਡਾਕਟਰ ਸਾਹਿਬ ਨੂੰ ਵਧਾਈ ਦਿੰਦਾ, ਨਾਲ ਸਮੁੱਚੀ ਕਾਂਗਰਸ ਨੂੰ ਵਧਾਈ ਦਿੰਦਾ, ਕੈਪਟਨ ਅਮਰਿੰਦਰ ਸਿੰਘ ਜੀ ਅਤੇ ਜਾਖੜ ਸਾਹਿਬ ਦਾ ਧੰਨਵਾਦ ਕਰਦਾ, ਨਾਲ ਡਾਕਟਰ ਸਾਹਿਬ ਨੂੰ ਇਹ ਜ਼ਰੂਰ ਬੇਨਤੀ ਕਰਦਾ ਕਿ ਡਾਕਟਰ ਸਾਹਿਬ ਇਹ ਬੜੀ ਵੱਡੀ ਜ਼ਿੰਮੇਵਾਰੀ ਆ, ਅਤੇ ਜਿੰਨਾ ਆਸਾਂ ਦੇ ਨਾਲ ਜਿਹੜੇ ਵਿਸ਼ਵਾਸ ਦੇ ਨਾਲ ਤੁਹਾਨੂੰ ਇਸ ਜਗ੍ਹਾ ਦੇ ਉੱਤੇ ਬਰਾਜਿਆ ਗਿਆ ਹੈ, ਤੁਸੀਂ ਇਸ ਨਾਲ ਜਸਟਿਸ ਕਰੋਗੇ ਅਤੇ ਵਧੀਆ ਕੰਮ ਕਰਕੇ ਇੱਕ ਮਿਸਾਲ ਪੈਦਾ ਕਰੋਗੇ। ਧੰਨਵਾਦ।